ਤੇ ਅੱਜ ਦੀ ਰੈਸਪੀ ਬਣਾਉਣ ਵਾਸਤੇ ਜਿਹੜੀਆਂ ਚੀਜ਼ਾਂ ਦੀ ਲੋੜ ਤੁਹਾਨੂੰ ਉਹ ਦਿਖਾਉਣਾ ਆ ਠੀਕ ਤੇ ਅੱਜ ਸਾਡਾ ਨਾਲ ਹੈਗਾ ਬਾਂਕਾ ਤੇ ਬਾਂਕਾ ਵੀ ਸਾਡੀ ਹੈਲਪ ਕਰੂਗਾ ਬਾਂਕੇ ਹੈਲਪ ਕਰੂਗਾ ਵੀ ਹੈ ਦੱਸ ਦੇ ਪੁੱਤ ਹੈਲੋ ਕਰ ਦੇ ਨਾਲੇ ਸਾਰਿਆਂ ਨੂੰ ਸਾਰਿਆਂ ਨੂੰ ਹੈਲੋ ਕਰ ਦੇ ਚੱਲ ਹੈਲੋ ਕਰ ਦੇ ਸਾਰਿਆਂ ਨੂੰ ਹੈਲੋ ਕਰ ਦਿਓ 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 ਹੈਲੋ 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 ओके गाइस ਤੁਹਾਨੂੰ ਮੈਂ ਦੱਸਦਾ ਕੀ ਚਾਹੀਦਾ ਹੈ ਬਣਾਉਣ ਵਾਸਤੇ ओके गाइस ਮੈਰੀਨੇਟ ਕਰਨ ਵਾਸਤੇ ਤੁਹਾਨੂੰ ਮੈਂ ਦੱਸਦਾ ਕੀ ਚਾਹੀਦਾ ਹੈ ओके ਮੈਂ ਸਭ ਤੋਂ ਪਹਿਲਾਂ ਆਪਾਂ ਮੈਰੀਨੇਟ ਕਰਾਂਗੇ ਤੰਦੂਰੀ ਚਿਕਨ ਮਸਾਲਾ ਕਰਾਂਗੇ ਠੀਕ ਹੈ ਜੀ ਤੇ ਉਹਦੇ ਵਾਸਤੇ ਮੈਂ 10 ਲੱਗਾ ਲਈ ਹੈ ਤੁਸੀਂ ਜਿੰਨੀ ਮਰਜ਼ੀ ਲੈ ਸਕਦੇ ਹੋ ਜਿੰਨੀਆਂ ਤੁਸੀਂ ਖਾਣੀਆਂ ਉਸ ਹਿਸਾਬ ਨਾਲ ਲੈ ਸਕਦੇ ਹੋ ਤੇ ਮੈਂ 10 ਲੱਗਾ ਲਈ ਹੈ ਤੇ ਉਹਨਾਂ ਵਿੱਚ ਇਦਾਂ ਕੱਟ ਲਾਏ ਹੋਏ ਆ ਠੀਕ ਹੈ ਜੀ ਸਾਰੀਆਂ 'ਚ ਕੱਟ ਲੱਗੇ ਹੋਏ ਆ ओके सब तो पहला की करना है सब तो पहला तो आप ऐड करांगे तंदूरी मसाला ठीक है जी ये किसी भी ग्रोसरी स्टोर तो मिल सकता थानू खास करके पंजाबी ग्रोसरी स्टोर बालमन वगैरह च भी मिल सकता ठीक है जी तो ये आप ऐड करांगे सॉरी ये ऐड करांगे आप दो तो तीन चमचे ऐड करांगे आप मसाले के ठीक है जी तंदूरी मसाले के थोड़े होर पावांगे ਤੇ ਇਹਦੇ ਵਿੱਚ ਕੋਈ ਕਲਰ ਐਡ ਨਹੀਂ ਕਰਨਾ ਆਪਾਂ ਕਿਉਂਕਿ ਸ਼ਾਪ ਵਗੈਰਾ ਵਾਲੇ ਰੈਸਟੋਰੈਂਟ ਵਗੈਰਾ ਵਾਲੇ ਇਹ ਸਾਰੇ ਕਲਰ ਯੂਜ਼ ਕਰਦੇ ਆ ਜਿਹਦੇ ਨਾਲ ਰੈੱਡ ਰੈੱਡ ਸ਼ਾਈਨ ਹੋ ਜਾਂਦੀ ਹੈ ਠੀਕ ਹੈ ਜੀ ਆਪਾਂ ਇਹਦੇ ਵਿੱਚ ਕੋਈ ਕਲਰ ਐਡ ਨਹੀਂ ਕਰਾਂਗੇ ਬਸ ਮਸਾਲਾ ਐਡ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰਾਂਗੇ ਜੀਰਾ ਠੀਕ ਹੈ ਜੀ ਜੀਰਾ ਤੁਸੀਂ ਆਪਸ਼ਨਲ ਆ ਪਾਉਣਾ ਪਾ ਸਕਦੇ ਨਹੀਂ ਪਾਉਣਾ ਨਾ ਪਾਓ ਇਹ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਜੀ ਇਹ ਵਿੱਚ ਆਪਾਂ ਸਾਲਟ ਐਡ ਕਰਾਂਗੇ ਸਾਲਟ ਵੀ ਸਵਾਦ ਅਨੁਸਾਰ ਠੀਕ ਹੈ ਜੀ ਸਾਲਟ ਵੀ ਐਡ ਕਰਤਾ ਹੈ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਦੇਗੀ ਮਿਰਚ ਦੇਗੀ ਮਿਰਚ ਸਾਨੂੰ ਕਲਰ ਦਊਗੀ ਠੀਕ ਹੈ ਜੀ ਦੇਗੀ ਮਿਰਚ ਵੀ ਐਡ ਕਰਤੀ ਹੈ ਹੁਣ ਆਪਾਂ ਐਡ ਕਰਾਂਗੇ ਇਹਦੇ ਵਿੱਚ ਆ ਪੇਸਟ ਬਣਾਇਆ ਹੋਇਆ ਮੈਂ ਇਹਦੇ ਵਿੱਚ ਜਿੰਜਰ ਤੇ ਗ੍ਰੀਨ ਚਿੱਲੀ ਨੂੰ ਗ੍ਰਾਈਂਡ ਕਰ ਲਿਆ ਹੈ ਚਮਚ ਆਪਾਂ ਐਡ ਕਰ ਲੈਂਦੇ ਜਿੰਜਰ ਅਤੇ ਗ੍ਰੀਨ ਚਿੱਲੀ ਦਾ ਆਪਾਂ ਜਿਹੜਾ ਪੇਸਟ ਬਣਾਇਆ ਠੀਕ ਹੈ ਲਓ ਜੀ ਇਹ ਵੀ ਐਡ ਹੋ ਗਿਆ ਹੁਣ ਆਪਾਂ ਐਡ ਕਰਾਂਗੇ ਇਹਦੇ ਵਿੱਚ ਯੋਗਰਟ ਦਹੀਂ ਠੀਕ ਹੈ ਜੀ ਚਾਰ ਤੋਂ ਪੰਜ ਚਮਚੇ ਦਹੀਂ ਐਡ ਕਰਾਂਗੇ ਦਹੀਂ ਕਰ ਲਿਆ ਆਪਾਂ ਐਡ ਠੀਕ ਹੈ ਜੀ ਅਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ओके अपना चिकन हो गया मैरीनेट ठीक है जी इनू आप 15 तो 20 मिनट वास्ते फ्रिज में रख देवे मैरीनेट होने वास्ते तो वधिया रिजल्ट लेने वास्ते घट्टो घट 24 घंटे रखो जी वधिया टेस्ट लेना तो वधिया स्वाद लेना है मैरीनेशन का ठीक है जी इन हूँ फ्रिज रखते हैं तो हूँ आप अचारी चिकन का मसाला लाने हूँ आप मसाला लावे अचारी चिकन ठीक है जी उस तरह इन्हों भी मैं लगा कट ला के रख लिया ठीक है जी सब तो पहले तो आप ऐड करांगे ये जो आप पेस्ट बनाया जिंजर तो ग्रीन चिली का पेस्ट वो आप ऐड कर देवे बिच ठीक है जी ये दो ढाई चमचे है पेस्ट के ठीक है जी हूँ आप ऐड करांगे कलवंजी ठीक है जी ਇਹਨੂੰ ਕਲੌਂਜੀ ਵੀ ਕਹਿੰਦੇ ਆ ਕਲਵੰਜੀ ਵੀ ਕਹਿੰਦੇ ਆ ਠੀਕ ਹੈ ਜੀ ਕਲੌਂਜੀ ਕਿਸੇ ਵੀ ਗਰੋਸਰੀ ਸਟੋਰ ਤੋਂ ਮਿਲ ਸਕਦੀ ਹੈ ਤੁਹਾਨੂੰ ਪੰਜਾਬੀ ਸਟੋਰ ਤੋਂ ਅਤੇ ਇਹ ਆਪਾਂ ਕਰ ਲਵਾਂਗੇ ਅੱਧਾ ਕੁ ਚਮਚ ਠੀਕ ਹੈ ਜੀ ਅਤੇ ਹੁਣ ਆਪਾਂ ਇਹਦੇ 'ਚ ਐਡ ਕਰਾਂਗੇ ਅਜਵਾਇਣ ਇੱਕ ਚਮਚ ਅਜਵਾਇਣ ਦਾ एक चमचा सौंफ का ठीक है जी ये एक चमचा आप जीरा ऐड करांगे ठीक है जी ते सॉल्ट स्वाद अनुसार थोड़ी जी आप ऐड करांगे चिली पाउडर
ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਯੋਗਰਟ, ਦਹੀਂ ਐਡ ਕਰਾਂਗੇ ਕੋਈ 4 ਤੋਂ 5 ਚਮਚੇ ਦਹੀਂ ਦੇ। ਜਿਹੜੀ ਆਪਣੀ ਮੇਨ ਚੀਜ਼ ਇਹਦੇ ਵਿੱਚ ਪੈਣੀ ਆ ਉਹ ਪੈਣੀ ਹੈ ਸਰ੍ਹੋਂ ਦਾ ਤੇਲ, ਠੀਕ ਹੈ ਜੀ। ਸਰ੍ਹੋਂ ਦਾ ਤੇਲ ਪਾਵਾਂਗੇ ਇਹਦੇ ਵਿੱਚ ਆਪਾਂ, ਵਧੀਆ ਟੇਸਟ ਵਾਸਤੇ, ਠੀਕ ਹੈ ਜੀ। 2-3 ਚਮਚੇ ਮੈਂ ਸਰ੍ਹੋਂ ਦੇ ਤੇਲ ਦੇ ਪਾਏ ਆ, ਹੁਣ ਇਹਨੂੰ ਆਪਾਂ ਮਿਕਸ ਕਰ ਲਵਾਂਗੇ। ਓਕੇ, ਚਿਕਨ ਹੋ ਗਿਆ ਮੈਰੀਨੇਟ ਪੂਰਾ, ਠੀਕ ਹੈ ਜੀ। ਮੈਰੀਨੇਟ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਅੱਧਾ ਲਾਈਮ ਨਿਚੋੜ ਦੇਵਾਂਗੇ, ਨਿੰਬੂ ਨਿਚੋੜ ਦਾਂਗੇ ਇਹਦੇ ਵਿੱਚ, ਠੀਕ ਹੈ ਜੀ। ਨਿਚੋੜ ਕੇ ਇਹਨੂੰ ਵੀ ਆਪਾਂ 15-20 ਮਿੰਟ ਵਾਸਤੇ ਮੈਰੀਨੇਸ਼ਨ ਹੋਣ ਵਾਸਤੇ ਫਰਿੱਜ ਰੱਖ ਦੇਵਾਂਗੇ। ਅਗੇਨ ਗਾਈ, ਜੇ ਤੁਸੀਂ ਵਧੀਆ ਸਵਾਦ ਲੈਣਾ ਹੈ ਮੈਰੀਨੇਸ਼ਨ ਦਾ, ਘੱਟ ਤੋਂ ਘੱਟ 20-24 ਘੰਟੇ ਇਹਨੂੰ ਤੁਸੀਂ ਮੈਰੀਨੇਟ ਕਰਕੇ ਰੱਖੋ ਜੇ ਵਧੀਆ ਟੇਸਟ ਲੈਣਾ ਹੈ, ਠੀਕ ਹੈ ਜੀ। ਓਕੇ ਗਾਈਸ, 40-45 ਮਿੰਟ ਹੋ ਗਏ ਸੀਗੇ ਸਾਨੂੰ ਇਹਨੂੰ ਮੈਰੀਨੇਸ਼ਨ ਰੱਖਿਆ ਹੋਏ ਵਾਸਤੇ, ਅਤੇ ਕਰਾਂ ਕਿ ਆਪਾਂ ਟ੍ਰੇ ਲਈਏ ਜੀ, ਠੀਕ ਹੈ ਜੀ। ਟ੍ਰੇ ਦੇ ਉੱਪਰ ਆਪਾਂ ਗਲੀ ਰੱਖੀ ਆ, ਇਹਦੇ ਉੱਪਰ ਆਪਾਂ ਪੀਸ ਰੱਖਾਂਗੇ। ਅਤੇ ਜਿਹੜਾ ਸਾਡਾ ਓਵਨ ਆ 425 ਫਾਰਨਹੀਟ 'ਤੇ ਆਪਾਂ ਇਹਨੂੰ ਗਰਮ ਕਰ ਲਿਆ, ਠੀਕ ਹੈ ਜੀ। 425 ਫਾਰਨਹੀਟ ਅਤੇ 220 ਸੈਲਸੀਅਸ 'ਤੇ ਕਰ ਲਿਆ ਇਹਨੂੰ ਗਰਮ ਆਪਾਂ, ਠੀਕ ਹੈ ਜੀ। ਹੁਣ ਕੀ ਕਰਾਂਗੇ, ਜਿਹੜੇ ਪੀਸ ਆ ਉਹ ਆਪਾਂ ਗ੍ਰਿਲ ਦੇ ਉੱਪਰ ਰੱਖ ਦੇਵਾਂਗੇ, ਠੀਕ ਹੈ ਜੀ। ਓਕੇ, ਗ੍ਰਿਲ ਦੇ ਉੱਪਰ ਆਪਾਂ ਪੀਸ ਰੱਖਤੇ ਆ, ਠੀਕ ਹੈ ਜੀ। ਅਤੇ 5 ਪੀਸ ਮੈਂ ਰੱਖੇ ਆ ਚਾਰੀ ਚਿਕਨ ਦੇ, ਅਤੇ 5 ਰੱਖੇ ਆ ਤੰਦੂਰੀ ਦੇ, ਠੀਕ ਹੈ ਜੀ। ਅਤੇ ਇਹਨੂੰ ਆਪਾਂ ਓਵਨ ਦੇ ਵਿੱਚ ਰੱਖ ਲਵਾਂਗੇ, ਬਹੁਤ ਧਿਆਨ ਦੇ ਨਾਲ, ਸੇਫਟੀ ਦੇ ਨਾਲ ਰੱਖਣਾ, ਠੀਕ ਹੈ ਜੀ। ਓਕੇ ਗਾਈਸ, ਇਹਨੂੰ ਹੁਣ 15-20 ਮਿੰਟ ਲੱਗਣਗੇ, ਅਤੇ ਵਿੱਚ ਵਿੱਚ ਆਪਾਂ ਇਹਨਾਂ ਦੀਆਂ ਸਾਈਡਾਂ ਚੇਂਜ ਕਰਦੇ ਰਵਾਂਗੇ ਤਾਂ ਜੋ ਕਿਤੇ ਕੱਚਾ ਨਾ ਰਹਿ ਜਾਵੇ, ਅਤੇ 15 ਮਿੰਟ ਬਾਅਦ ਆਪਾਂ ਬਾਹਰ ਕੱਢਾਂਗੇ, ਚੈੱਕ ਕਰ ਲਵਾਂਗੇ, ਠੀਕ ਹੈ ਗਾਈਸ। ਓਕੇ ਗਾਈਸ, ਚਿਕਨ ਸਾਡਾ ਹੋ ਗਿਆ ਰੈਡੀ, ਚੈੱਕ ਕਰ ਸਕਦੇ ਹੋ, ਇਹਨੂੰ ਆਪਾਂ ਬਾਹਰ ਕੱਢਾਂਗੇ। ਹੁਣ ਆਪਣੀ ਸੇਫਟੀ ਪੂਰੀ ਰੱਖਣੀ ਆ, ਗਲਵਸ ਤੋਂ ਬਿਨਾਂ ਬਾਹਰ ਨਹੀਂ ਕੱਢਣਾ, ਠੀਕ ਹੈ ਜੀ। ਚੈੱਕ ਕਰ ਸਕਦੇ ਹੋ ਤੁਸੀਂ, ਸਾਡਾ ਚਿਕਨ ਰੈਡੀ ਹੋਇਆ ਪਿਆ ਪੂਰਾ। ਇਹਨੂੰ ਹੁਣ ਟੋਂਗ ਦੀ ਮਦਦ ਦੇ ਨਾਲ ਆਪਾਂ ਮਿਕਸ ਕਰ ਦੇਵਾਂਗੇ, ਚੈੱਕ ਕਰ ਗਾਈਸ ਪੂਰੇ ਜੂਸੀ ਬਣੇ ਆ, ਆਪਣੇ ਪਲੇਟ 'ਚ ਕੱਢ ਦੇਵਾਂਗੇ। ਚੈੱਕ ਆਊਟ ਗਾਈਸ, ਚਿਕਨ ਹੋ ਗਿਆ ਰੈਡੀ। ਅਤੇ ਇਸ ਤਰ੍ਹਾਂ ਦੀ ਰੈਸਪੀ ਬਣਾਉਣ ਵਾਸਤੇ ਪਲੀਜ਼ ਗਾਈਸ ਮੇਰੀ ਪੂਰੀ ਵੀਡੀਓ ਵਾਚ ਕਰਿਓ, ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਅਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਹੋ ਜਿਹੀ ਲੱਗੀ ਅੱਜ ਦੀ ਰੈਸਪੀ। ਓਕੇ ਗਾਈਸ, ਥੈਂਕ ਯੂ ਸੋ ਮੱਚ।